ਉਧਰ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਦੇ ਕਤਲ ਮਾਮਲੇ 'ਚ ਫਰਾਰ ਹੋਏ ਗੈਂਗਸਟਰਾਂ ਨੂੰ ਰਾਜਸਥਾਨ ਤੇ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਰਾਜਸਥਾਨ ਦੇ ਪਾਲੀ ਤੋਂ 3 ਗੈਂਗਸਟਰ ਪੁਲਿਸ ਦੇ ਅੜੀਕੇ ਚੜ੍ਹੇ ਨੇ, ਜਦਕਿ 1 ਗੈਂਗਸਟਰ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਰਿਹਾ। ਡੀਜੀਪੀ ਦਿਨਕਰ ਗੁਪਤਾ ਨੇ ਜਾਣਕਾਰੀ ਸਾਂਝਾ ਕੀਤੀ ਹੈ ਕਿ 4 ਸੂਬਿਆਂ 'ਚ 1500 ਕਿਲੋਮੀਟਰ ਤੱਕ ਇਹਨਾਂ ਮੁਲਜ਼ਮਾਂ ਨੂੰ ਚੇਜ਼ ਕੀਤਾ ਗਿਆ। 27 ਤਰੀਕ ਨੂੰ ਪੁਲਿਸ ਰੁਦਰਪੁਰ ਦੇ ਲਈ ਨਿਕਲੀ ਸੀ ਤੇ ਫਿਰ ਤਾਰ ਦੇ ਨਾਲ ਤਾਰ ਜੁੜਦੇ ਗਏ ਤੇ ਇਹ ਤਲਾਸ਼ 19 ਘੰਟੇ ਤੱਕ ਚੱਲੀ, ਰਾਜਸਥਾਨ ਦੇ ਪਾਲੀ ਜਾ ਕੇ ਮੁੱਕੀ। ਪੁਲਿਸ ਮੁਤਾਬਕ ਪੰਜਾਬ ਦੇ ਮੋਸਟ ਵਾਂਟਿਡ ਗੈਂਗਸਟਰਾਂ ਦੇ ਖਿਲਾਫ ਪੰਜਾਬ 'ਚ ਕਈ ਮਾਮਲੇ ਵੀ ਦਰਜ ਸਨ। ਪੁਲਿਸ ਮੁਤਾਬਕ ਇਹ ਗੈਂਗਸਟਰ 3 ਕਤਲ ਮਾਮਲੇ ਤੇ ਕਈ ਲੁੱਟ ਦੀਆਂ ਵਾਰਦਾਤਾਂ ਦੇ ਵਿੱਚ ਲੋੜਿੰਦੇ ਵੀ ਸਨ। ਫਿਲਹਾਲ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਇਹਨਾਂ ਤੋਂ ਕਈ ਖੁਲਾਸੇ ਹੋਣ ਦੀ ਉਮੀਦ ਜਤਾ ਜਾ ਰਹੀ ਹੈ। ਸੋ 27 ਤਰੀਕ ਨੂੰ ਜਿਵੇਂ ਇਹ ਜਿਹੜਾ ਗੈਂਗ ਮੈਂਬਰਸ ਹੈ ਪਹੁੰਚਦੇ ਆ ਉੱਥੋਂ ਚੰਡੀਗੜ੍ਹ ਤੋਂ ਰੁਦਰਪੁਰ, ਅਤੇ ਸਾਨੂੰ ਖਬਰ ਮਿਲਦੀ ਹੈ ਸਾਡੀ ਪਾਰਟੀ ਇੱਥੋਂ ਨਿਕਲਦੀ ਹੈ 27 ਤਰੀਕ ਨੂੰ ਅਤੇ 28 ਨੂੰ ਸਵੇਰੇ ਪਹੁੰਚਦੇ ਹਾਂ, ਸਾਰੀ ਰਾਤ ਟਰੈਵਲ ਕਰਦੇ ਹਾਂ। ਮੈਂ DG ਉੱਤਰਾਖੰਡ ਦੇ ਨਾਲ 27 ਤਰੀਕ ਨੂੰ ਗੱਲ ਕੀਤੀ ਸ਼ਾਮੀ, ਉਹਨਾਂ ਦੀ ਹੈਲਪ ਦੇ ਨਾਲ ਸਾਨੂੰ ਸੀਗਾ ਕਿ ਉੱਥੇ ਕਿਤੇ ਰੁਦਰਪੁਰ ਦੇ ਵਿੱਚ ਹੈਗੇ ਹਾਂ। ਸੋ ਸਾਡੀ ਪਾਰਟੀ ਦੋ ਪਾਰਟੀਆਂ, ਮਤਲਬ ਪਾਰਟੀਜ਼ ਫਰੋਮ ਔਰਗਨਾਈਜ਼ ਕ੍ਰਾਈਮ ਕੰਟਰੋਲ ਯੂਨਿਟ ਪਲੱਸ ਇਹ ਪਾਰਟੀ ਸਾਡੀ ਅੰਮ੍ਰਿਤਸਰ ਰੂਰਲ ਪੁਲਿਸ ਦੀ, ਮੋਹਾਲੀ ਪੁਲਿਸ ਦੀ ਜੁਆਇੰਟ ਪਾਰਟੀ ਇਹ ਗਈ, ਬਿਕੋਜ਼ ਇਹ ਸਾਰੇ ਬੜੀ ਪਰਫੈਕਟ ਕੋਆਰਡੀਨੇਸ਼ਨ ਸੀ ਸਾਡੇ ਡਿਸਟ੍ਰਿਕਟ ਦੇ ਨਾਲ। ਅਤੇ ਸੋ ਇਹਨਾਂ ਨੇ ਚੇਜ਼ 28 ਤਰੀਕ ਸੈਟਰਡੇ ਚਾਲੂ ਕੀਤੀ, ਕਰੀਬ 19 ਘੰਟੇ ਚੇਜ਼ ਕਰਦੇ ਰਹੇ। ਪਹਿਲਾਂ ਇਹ ਪੀਲੀਭੀਤ ਚਲੇ ਜਾਂਦੇ ਹੈ, ਉਹਦੇ ਬਾਅਦ ਮਤਲਬ ਰੁਦਰਪੁਰ ਤੋਂ ਪੀਲੀਭੀਤ, ਉਹਦੇ ਤੋਂ ਬਾਅਦ ਪੂਰਨਪੁਰ, ਸ਼ਾਹਜਹਾਨਪੁਰ, ਆਗਰਾ, ਜੈਪੁਰ, ਅਜਮੇਰ ਅਤੇ ਫਾਈਨਲੀ ਪਾਲੀ 'ਚ ਰਾਜਸਥਾਨ ਦੇ ਵਿੱਚ ਇਹ ਬੰਦੇ ਫੜੇ ਜਾਂਦੇ ਹੈ। ਜਿਹੜੇ 3 ਬੰਦੇ ਸੀਗੇ ਸਾਡੇ DSP ਵਿਕਰਮ ਬਰਾੜ ਇਹ ਸੀਗੇ, ਨਾਲ ਇਹਨਾਂ ਦੇ DSP 2 ਸੀਗੇ ਅੰਮ੍ਰਿਤਸਰ ਰੂਰਲ ਦੇ ਅਤੇ ਉੱਧਰੋਂ ਅਫਸਰ ਸੀਗੇ। ਸੋ ਇਹਨਾਂ ਨੇ ਉੱਥੇ ਮੀਟਿੰਗ ਕੀਤੀ SSP ਰੁਦਰਪੁਰ ਦੇ ਨਾਲ 28 ਤਰੀਕ ਨੂੰ ਸੈਟਰਡੇ ਨੂੰ, ਉਹਦੇ ਬਾਅਦ ਫਿਰ ਇਹ ਸਾਰੀ ਚੇਜ਼ ਸ਼ੁਰੂ ਕੀਤੀ ਅਤੇ ਉਹਦੇ ਬਾਅਦ ਉਹਦੇ ਮਤਲਬ ਚੰਗੇ ਪ੍ਰਣਾਮ ਮਿਲੇ। ਉਹਦੇ ਬਾਅਦ 3 ਬੰਦਿਆਂ ਨੂੰ ਇਨਫੈਕਟ ਰਾਜਸਥਾਨ ਪੁਲਿਸ ਨੇ ਰਾਊਂਡ ਅਪ ਕੀਤਾ, ਅਸੀਂ ਉਹਨਾਂ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ। ਡੋਕੇ ਸਾਹਿਬ ਨੇ ਉੱਥੇ ਮਿਸਟਰ ਅਨਿਲ ਪਾਲੀਵਾਲ, ਐਡੀਸ਼ਨਲ DG ATS ATS ਹੈਗੇ ਹੈ, ਪੰਜਾਬ 'ਚ ਰਹਿ ਕੇ ਗਏ ਹੈ, IG BSF ਹੁੰਦੇ ਸਨ ਜਲੰਧਰ ਦੇ ਵਿੱਚ। ਸੋ ਉਹਨਾਂ ਨਾਲ ਸ਼ੇਅਰ ਕੀਤੀ, ਉਹਨਾਂ ਨੇ ਬਹੁਤ ਜਲਦੀ ਸਾਰਾ ਕੁਝ ਐਕਟੀਵੇਟ ਕੀਤਾ। ਇਹਨਾਂ ਨੇ ਉਹ ਕਾਰਡ ਵੀ ਬਣਾਏ ਹੋਏ ਸੀ, ਜਾਲੀ ਆਧਾਰ ਕਾਰਡ ਬਣਾਏ ਹੋਏ ਸੀ, ਸਭ ਨੇ ਆਪਣਾ ਆਧਾਰ ਕਾਰਡ ਦਿਖਾਇਆ ਅਤੇ ਇਨਫੈਕਟ ਪਹਿਲਾਂ ਮਿਸਟਰ ਢੋਕੇ ਨਾਲ ਗੱਲ ਹੋਈ ਤਾਂ ਉਹਨਾਂ ਨੇ ਦੂਸਰੇ ਨਾਮ ਦੱਸੇ ਜਿਹੜੇ ਇਹਨਾਂ ਦੇ ਸਾਰਿਆਂ ਦੇ ਡਿਫਰੈਂਟ ਡਿਫਰੈਂਟ ਨੇਮਸ ਦੇ ਅੰਦਰ ਆਧਾਰ ਕਾਰਡ ਬਣਾਏ ਹੋਏ ਸਨ। ਹਰਮਨ ਭੁੱਲਰ ਨੇ ਫੇਕ ਪਾਸਪੋਰਟ ਵੀ ਆਪਣਾ ਬਣਾਇਆ ਹੋਇਆ ਸੀ ਅੰਡਰ ਆ ਡਿਫਰੈਂਟ ਥੋੜ੍ਹਾ ਜਿਹਾ ਉਹਨਾਂ ਮੋਡੀਫਾਈਡ ਨੇਮ ਅਤੇ ਫੇਕ ਐਡਰੈਸ 'ਤੇ ਉਹਨੇ RPO ਅੰਬਾਲਾ ਤੋਂ ਪਾਸਪੋਰਟ ਵੀ ਬਣਾਇਆ ਹੋਇਆ ਸੀ ਆਪਣਾ। हमसे जुड़े रहने के लिए हमारे YouTube चैनल को सब्सक्राइब करें और नए वीडियो की नोटिफिकेशन के लिए बेल आइकन को दबाएं। और अगर आप ये वीडियो Facebook पर देख रहे हैं तो हमारे पेज को लाइक और शेयर जरूर करें। धन्यवाद।